ਤੁਹਾਡੇ ਆਪਣੇ YouTube ਚੈਨਲ ETT Paper 2 ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ETT ਸੈਕੰਡ ਪੇਪਰ ਦੇ ਲਈ ਸਾਇੰਸ ਸਬਜੈਕਟ ਦਾ ਟੌਪਿਕ ਐਸਿਡਸ ਬੇਸਿਸ ਐਂਡ ਸాల్ਟ ਪਾਰਟ 2 ਕਰਾਂਗੇ ਜੀ ਜੇਕਰ ਤੁਸੀਂ ਪਾਰਟ 1 ਦੇਖਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਉਸ ਦਾ ਲਿੰਕ ਦਿੱਤਾ ਗਿਆ ਹੈ ਜਿਸ ਉੱਤੇ ਕਲਿੱਕ ਕਰਕੇ ਦੇਖ ਸਕਦੇ ਹੋ ਆਓ ਸ਼ੁਰੂ ਕਰਦੇ ਹਾਂ ਦੋਸਤੋ ਬਹੁਤ ਹੀ ਇੰਪੋਰਟੈਂਟ ਕੁਐਸਚਨਸ ਆਨ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਆਪਣਾ ਫਰਸਟ ਕੁਐਸਚਨ ਹੈ ਜੀ ਖਾਰ ਸਵਾਦ ਵਿੱਚ ਕਿਹੋ ਜਿਹੇ ਹੁੰਦੇ ਹਨ ਜਿਹੜੇ ਬੇਸਸ ਨੇ ਉਹਨਾਂ ਦਾ ਟੇਸਟ ਕਿਹੋ ਜਿਹਾ ਹੁੰਦਾ ਹੈ ਜੀ ਇਸ ਦਾ ਰਾਈਟ ਆਨਸਰ ਹੈ ਦੋਸਤੋ ਆਪਸ਼ਨ A ਜਿਹੜੇ ਖਾਰ ਨੇ ਬੇਸ ਨੇ ਉਹ ਸਵਾਦ ਦੇ ਵਿੱਚ ਕੌੜੇ ਹੁੰਦੇ ਹਨ ਜੀ ਬਿਟਰ ਹੁੰਦੇ ਹਨ ਇਸ ਤਰ੍ਹਾਂ ਆਪਸ਼ਨ A ਬਿਲਕੁਲ கரੈਕਟ ਹੈ ਦੋਸਤੋ ਆਪਣਾ ਨੈਕਸਟ ਕੁਐਸਚਨ ਹੈ ਜੀ ਹੇਠ ਲਿਖਿਆਂ ਦੇ ਵਿੱਚੋਂ ਕਿਹੜੇ ਪਦਾਰਥ ਵਿੱਚ ਖਾਰ ਮੌਜੂਦ ਹੁੰਦਾ ਹੈ ਕੁਝ ਕੁ ਪਦਾਰਥ ਦਿੱਤੇ ਗਏ ਹਨ ਜੀ ਇਹਨਾਂ ਦੇ ਵਿੱਚੋਂ ਕਿਹੜੇ ਪਦਾਰਥ ਦੇ ਵਿੱਚ ਬੇਸ ਹੈ ਜੋ ਪ੍ਰੈਜ਼ੈਂਟ ਹੁੰਦਾ ਹੈ ਜੀ ਇਸ ਦਾ ਰਾਈਟ ਆਨਸਰ ਹੈ ਦੋਸਤੋ ਆਪਸ਼ਨ ਡੀ ਉਪਰੋਕਤ ਸਾਰੇ ਹੀ ਪਦਾਰਥਾਂ ਦੇ ਵਿੱਚ ਬੇਸ ਹੈ ਜੋ ਮੌਜੂਦ ਹੁੰਦਾ ਹੈ ਜਿਵੇਂ ਕਿ ਸਾਬਣ ਟੂਥਪੇਸਟ ਕਾਸਟਿਕ ਸੋਡਾ ਇਹਨਾਂ ਦੇ ਵਿੱਚ ਖਾਰ ਹੈ ਜੋ ਮੌਜੂਦ ਹੁੰਦਾ ਹੈ ਜੀ ਇਸ ਤਰ੍ਹਾਂ ਆਪਸ਼ਨ ਡੀ ਕਰੈਕਟ ਹੈ ਦੋਸਤੋ ਆਪਣਾ ਨੈਕਸਟ ਕੁਐਸਚਨ ਹੈ ਜੀ ਖਾਰ ਦਾ ਪੀ ਐਚ ਮਾਣ ਕਿੰਨਾ ਹੁੰਦਾ ਹੈ ਜਿਹੜੇ ਬੇਸ ਨੇ ਉਹਨਾਂ ਦੀ ਪੀ ਐਚ ਵੈਲਿਊ ਹੈ ਜੋ ਉਹ ਕਿੰਨੀ ਹੁੰਦੀ ਹੈ ਜੀ ਇਸ ਦਾ ਰਾਈਟ ਆਨਸਰ ਹੈ ਦੋਸਤੋ ਆਪਸ਼ਨ ਬੀ 7 ਤੋਂ ਵੱਧ ਹੁੰਦੀ ਹੈ ਜੀ ਮੋਰ ਥੈਨ 7 ਜਿਹੜੇ ਬੇਸਸ ਹੁੰਦੇ ਨੇ ਜੀ ਖਾਰ ਹੁੰਦੇ ਨੇ ਇਹਨਾਂ ਦੀ ਜਿਹੜੀ ਪੀ ਐਚ ਵੈਲਿਊ ਹੁੰਦੀ ਹੈ ਜੀ ਜਿਵੇਂ ਕਿ ਤੁਸੀਂ ਪਿਕਚਰ ਦੇ ਵਿੱਚ ਦੇਖ ਰਹੇ ਹੋ ਇਹ 7 ਤੋਂ ਲੈ ਕੇ 14 ਦੇ ਵਿੱਚ ਵਿੱਚ ਹੁੰਦੀ ਹੈ ਜੀ ਇਸ ਕੁਐਸਚਨ ਦੇ ਅਕੋਰਡਿੰਗ ਆਪਣੀ ਆਪਸ਼ਨ ਬੀ ਬਿਲਕੁਲ ਕਰੈਕਟ ਹੈ ਦੋਸਤੋ ਇੱਥੇ ਇੱਕ ਨੋਟ ਕਰਨਯੋਗ ਪੁਆਇੰਟ ਹੈ ਜੀ ਉਦਾਸੀਨ ਘੋਲ ਹੈ ਜੋ ਨਿਊਟਰਲ ਸੋਲੂਸ਼ਨ ਹੈ ਉਸ ਦਾ ਜਿਹੜਾ ਪੀ ਐਚ ਮਾਣ ਹੁੰਦਾ ਹੈ ਪੀ ਐਚ ਵੈਲਿਊ ਹੁੰਦੀ ਹੈ ਉਹ 7 ਹੁੰਦੀ ਹੈ ਜਿਵੇਂ ਕਿ ਤੁਸੀਂ ਪੀ ਐਚ ਸਕੇਲ ਦੇ ਉੱਪਰ ਦੇਖ ਰਹੇ ਹੋ ਜਦੋਂ 7 ਤੇ ਕੋਈ ਪਦਾਰਥ ਹੈ ਜੋ ਜਿਸ ਦਾ ਪੀ ਐਚ ਵੈਲਿਊ 7 ਹੋਵੇਗੀ ਤਾਂ ਉਹ ਨਿਊਟਰਲ ਹੋਵੇਗਾ ਜੇਕਰ 7 ਤੋਂ ਉੱਪਰ ਹੈ ਜੀ 14 ਦੇ ਵਿੱਚ ਵਿੱਚ ਹੈ ਤਾਂ ਉਹ ਖਾਰ ਹੋਵੇਗਾ ਜੀ ਬੇਸ ਹੋਵੇਗਾ ਜੇਕਰ 7 ਤੋਂ نیچے ਹੈ ਤਾਂ ਉਹ ਐਸਿਡਿਕ ਹੋਵੇਗਾ ਤਜਾਬੀ ਹੋਵੇਗਾ ਆਪਣਾ ਨੈਕਸਟ ਕੁਐਸਚਨ ਹੈ ਦੋਸਤੋ ਖਾਰ ਲਾਲ ਲਿਟਮਸ ਦਾ ਰੰਗ ਕਿਹੋ ਜਿਹਾ ਕਰ ਦਿੰਦਾ ਹੈ ਦੋਸਤੋ ਕਿਸੇ ਪਦਾਰਥ ਦੇ ਵਿੱਚ ਖਾਰ ਦੀ ਜਿਹੜੀ ਮੌਜੂਦਗੀ ਹੈ ਉਸ ਨੂੰ ਪਤਾ ਕਰਨ ਦੇ ਲਈ ਅਸੀਂ ਲਿਟਮਸ ਪੇਪਰ ਦੀ ਵਰਤੋਂ ਕਰ ਸਕਦੇ ਹਾਂ ਲਾਲ ਲਿਟਮਸ ਦਾ ਰੰਗ ਹੈ ਜੋ ਖਾਰ ਕਿਹੋ ਜਿਹਾ ਕਰ ਦਿੰਦਾ ਹੈ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਬੀ ਜੇਕਰ ਅਸੀਂ ਕਿਸੇ ਪਦਾਰਥ ਦੇ ਵਿੱਚ ਖਾਰ ਦੀ ਮੌਜੂਦਗੀ ਹੈ ਉਸ ਦੇ ਵਿੱਚ ਅਸੀਂ ਲਾਲ ਲਿਟਮਸ ਪੇਪਰ ਹੈ ਜੋ ਪਾਉਂਦੇ ਹਾਂ ਜਾਂ ਪਦਾਰਥ ਦੀਆਂ ਕੁਝ ਬੂੰਦਾਂ ਲਾਲ ਲਿਟਮਸ ਪੇਪਰ ਦੇ ਉੱਪਰ ਪਾਉਂਦੇ ਹਾਂ ਤਾਂ ਉਸ ਦਾ ਰੰਗ ਹੈ ਜੋ ਨੀਲਾ ਹੋ ਜਾਵੇਗਾ ਜੀ ਬਲੂ ਹੋਵੇ ਜਾਵੇਗਾ ਇਸ ਤਰ੍ਹਾਂ ਆਪਸ਼ਨ ਬੀ கரੈਕਟ ਹੈ ਦੋਸਤੋ ਜਿਵੇਂ ਕਿ ਤੁਸੀਂ ਪਿਕਚਰ ਦੇ ਵਿੱਚ ਦੇਖ ਰਹੇ ਹੋ ਲਾਲ ਲਿਟਮਸ ਦਾ ਰੰਗ ਹੈ ਜੋ ਨੀਲਾ ਹੋ ਜਾਂਦਾ ਹੈ ਖਾਰ ਉਸ ਨੂੰ ਨੀਲਾ ਕਰ ਦਿੰਦਾ ਹੈ ਆਪਣਾ ਨੈਕਸਟ ਕੁਐਸਚਨ ਹੈ ਜੀ ਇੰਪੋਰਟੈਂਟ ਕੁਐਸਚਨ ਹੈ ਜੀ ਹੇਟ ਲਿਕਨ ਦੇ ਵਿੱਚੋਂ ਖਾਰਾਂ ਬਾਰੇ ਕਿਹੜਾ ਕਥਨ ਸਹੀ ਹੈ ਇਹਨਾਂ ਦੇ ਵਿੱਚੋਂ ਕਿਹੜੀ ਸਟੇਟਮੈਂਟ ਹੈ ਜੋ கரੈਕਟ ਹੈ ਜੀ ਬੇਸਸ ਦੇ ਬਾਰੇ ਇਸ ਦਾ ਰਾਈਟ ਆਨਸਰ ਹੈ ਦੋਸਤੋ অপਸ਼ਨ ਡੀ ਉਪਰੋਕਤ ਸਾਰੀਆਂ ਹੀ ਸਟੇਟਮੈਂਟਸ ਨੇ ਜਿਹੜੀਆਂ ਉਹ ਬਿਲਕੁਲ கரੈਕਟ ਨੇ ਜੀ ਖਾਰ ਦੇ ਬਾਰੇ ਖਾਰ ਸਵਾਦ ਵਿੱਚ ਕੋੜੇ ਹੁੰਦੇ ਹਨ ਖਾਰ ਸਾਬਨ ਦੇ ਵਾਂਗ ਚੀਕਨੇ ਹੁੰਦੇ ਹਨ ਜੀ ਖਾਰ ਤਾਤਾਂ ਦੇ ਆਕਸਾਈਡ ਤੇ ਹਾਈਡਰੋਕਸਾਈਡ ਹੁੰਦੇ ਹਨ ਇਸ ਤਰ੍ਹਾਂ ਸਾਰੀਆਂ ਹੀ ਜਿਹੜੀਆਂ ਆਪਸ਼ਨਸ ਨੇ ਬਿਲਕੁਲ கரੈਕਟ ਨੇ ਜੀ ਇਸ ਕੁਐਸਚਨ ਦੇ ਅਕੋਰਡਿੰਗ ਆਪਣੀ ਆਪਸ਼ਨ ਡੀ கரੈਕਟ ਹੈ ਦੋਸਤੋ ਇੱਥੇ ਇੱਕ ਨੋਟ ਕਰਨ ਯੋਗ ਪੁਆਇੰਟ ਹੈ ਜੀ ਖਾਰ ਤੇਜ਼ਾਬਾਂ ਨਾਲ ਕਿਰਿਆ ਕਰਕੇ ਨਮਕ ਅਤੇ ਪਾਣੀ ਬਣਾਉਂਦੇ ਹਨ ਜਦੋਂ ਬੇਸਿਸ ਤੇ ਐਸਿਡ ਦੀ ਆਪਸ ਦੇ ਵਿੱਚ ਰਿਐਕਸ਼ਨ ਹੁੰਦਾ ਹੈ ਤਾਂ ਸੌਲਟ ਤੇ ਵਾਟਰ ਬਣਦਾ ਹੈ ਜੀ ਨੈਕਸਟ ਕੁਐਸਚਨ ਹੈ ਜੀ ਪੀਐਚ ਪੇਪਰ ਦਾ ਰੰਗ ਕੀ ਹੋਵੇਗਾ ਜਦੋਂ ਪੀਐਚ ਦੀ ਕੀਮਤ 1 7 ਅਤੇ 14 ਹੋਵੇ ਪੀਐਚ ਪੇਪਰ ਹੈ ਜੋ ਉਸ ਦਾ ਕਲਰ ਕਿਹੋ ਜਿਹਾ ਹੋ ਜਾਏਗਾ ਜਦੋਂ ਪੀਐਚ ਦੀ ਜਿਹੜੀ ਵੈਲਿਊ ਆ ਉਹ 1 7 ਅਤੇ 14 ਹੋਵੇਗੀ ਇਸ ਦਾ ਰਾਈਟ ਆਨਸਰ ਹੈ ਦੋਸਤੋ অপশন বি ਇਹ ਕਰਮ ਵਾਰ ਲਾਲ ਹਰਾ ਤੇ ਨੀਲਾ ਹੋਵੇਗਾ ਜੀ ਜਦੋਂ ਪੀ ਐਚ ਦੀ ਵੈਲਿਊ ਹੈ ਜੋ 1 ਹੋਵੇਗੀ ਤਾਂ ਉਸ ਦੀ ਜਿਹੜੀ ਉਸ ਦਾ ਕਲਰ ਹੋਵੇਗਾ ਜੀ ਉਹ ਰੈੱਡ ਹੋਵੇਗਾ ਜਿਵੇਂ ਕਿ ਤੁਸੀਂ ਪਿਕਚਰ ਦੇ ਵਿੱਚ ਦੇਖ ਰਹੇ ਹੋ ਜੇਕਰ ਉਸ ਦੀ ਵੈਲਿਊ 7 ਹੈ ਤਾਂ ਉਹ ਉਸ ਦਾ ਜਿਹੜਾ ਕਲਰ ਹੈ ਉਹ ਗ੍ਰੀਨ ਹੋਵੇਗਾ ਹਰਾ ਹੋਵੇਗਾ ਅਤੇ ਜੇਕਰ ਉਸ ਦੀ ਵੈਲਿਊ 14 ਹੈ ਤਾਂ ਉਸ ਦਾ ਜਿਹੜਾ ਕਲਰ ਹੋਵੇਗਾ ਜੀ ਉਹ ਬਲੂ ਹੋਵੇਗਾ ਇਸ ਤਰ੍ਹਾਂ ਇਹ ਆਪਣੇ অপਸ਼ਨ ਹੈ ਜੋ ਲਾਲ ਹਰਾ ਨੀਲਾ ਆਪਸ਼ਨ ਬੀ ਬਿਲਕੁਲ ਕਰੈਕਟ ਹੈ ਜੀ ਇਸ ਕੁਐਸਚਨ ਦੇ ਅਕੋਰਡਿੰਗ ਆਪਣਾ ਨੈਕਸਟ ਕੁਐਸਚਨ ਹੈ ਜੀ ਕਸ਼ੀਦਤ ਪਾਣੀ ਕਿਹੋ ਜਿਹਾ ਹੁੰਦਾ ਹੈ ਜਿਹੜਾ ਡਿਸਟਿਲਡ ਵਾਟਰ ਹੁੰਦਾ ਹੈ ਜੀ ਉਸ ਦਾ ਨੇਚਰ ਕਿਹੋ ਜਿਹਾ ਹੁੰਦਾ ਹੈ ਜੀ ਉਹ ਖਾਰੀ ਹੁੰਦਾ ਹੈ ਜਾਂ ਤਜਾਬੀ ਹੁੰਦਾ ਹੈ ਜਾਂ ਫਿਰ ਉਦਾਸੀਨ ਹੁੰਦਾ ਹੈ ਇਸ ਦਾ ਰਾਈਟ ਆਨਸਰ ਹੈ ਦੋਸਤੋ ਆਪਸ਼ਨ ਸੀ ਜਿਹੜਾ ਕਸ਼ੀਦਤ ਪਾਣੀ ਹੁੰਦਾ ਹੈ ਜੀ ਉਹ ਪਿਓਰੀਫਾਈਡ ਹੁੰਦਾ ਹੈ ਡਿਸਟਿਲਡ ਵਾਟਰ ਹੁੰਦਾ ਹੈ ਜੀ ਜਿਹੜਾ ਉਹ ਨਾ ਹੀ ਖਾਰਾ ਹੁੰਦਾ ਹੈ ਅਤੇ ਨਾ ਹੀ ਤਜਾਬੀ ਹੁੰਦਾ ਹੈ ਉਹ ਉਦਾਸੀਨ ਹੁੰਦਾ ਹੈ ਜੀ ਨਿਊਟਰਲ ਹੁੰਦਾ ਹੈ ਉਸ ਦੇ ਵਿੱਚ ਕੋਈ ਵੀ ਖਾਰਜਾ ਤਜਾਬ ਦੀ ਜਿਹੜੀ ਮੌਜੂਦਗੀ ਨਹੀਂ ਹੁੰਦੀ ਇਸ ਤਰ੍ਹਾਂ ਆਪਸ਼ਨ ਸੀ ਕਰੈਕਟ ਹੈ ਦੋਸਤੋ ਆਪਣਾ ਅਗਲਾ ਪ੍ਰਸ਼ਨ ਹੈ ਜੀ ਹੇਟ ਲਿਕੈਨ ਦੇ ਵਿੱਚੋਂ ਕਿਹੜਾ ਵੱਧ ਖਾਰਾ ਹੈ ਇਹਨਾਂ ਦੇ ਵਿੱਚੋਂ ਕਿਹੜਾ ਵੱਧ ਬੇਸਿਕ ਹੈ ਜੀ ਕਿਸ ਦੇ ਵਿੱਚ ਜ਼ਿਆਦਾ ਬੇਸਿਕ ਦੀ ਮੌਜੂਦਗੀ ਹੈ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਬੀ ਜਿਹੜਾ ਕੱਪੜੇ ਧੋਣ ਵਾਲਾ ਸੋਡਾ ਹੈ ਜੀ ਵਾਸ਼ਿੰਗ ਸੋਡਾ ਹੈ ਇਹ ਸਾਰਿਆਂ ਦੇ ਨਾਲੋਂ ਇਹਨਾਂ ਦੇ ਨਾਲੋਂ ਵੱਧ ਬੇਸਿਕ ਹੈ ਜੀ ਖਾਰਾ ਹੈ ਇਸ ਤਰ੍ਹਾਂ ਆਪਸ਼ਨ ਬੀ கரੈਕਟ ਹੈ ਦੋਸਤੋ ਆਪਣਾ ਨੈਕਸਟ ਕੁਐਸਚਨ ਹੈ ਜੀ ਪਾਣੀ ਵਿੱਚ ਘੁਲ ਜਾਣ ਵਾਲੇ ਖਾਰਾ ਨੂੰ ਕੀ ਕਹਿੰਦੇ ਹਨ ਕੁਝ ਖਾਰ ਨੇ ਜਿਹੜੇ ਉਹ ਪਾਣੀ ਦੇ ਵਿੱਚ ਘੁਲ ਜਾਂਦੇ ਨੇ ਜੀ ਉਹ ਡਿਸੋਲਵ ਹੋ ਜਾਂਦੇ ਨੇ ਵਾਟਰ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਬੇਸ ਨੇ ਖਾਰ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਇਹ ਜ਼ ਰਾਈਟ ਆਨਸਰ ਹੈ ਜੀ অপਸ਼ਨ ਸੀ ਉਹਨਾਂ ਨੂੰ ਐਲਕਲੀ ਕਿਹਾ ਜਾਂਦਾ ਹੈ ਜੀ ਜਿਹੜੇ ਬੇਸਸ ਨੇ ਜਿਹੜੇ ਪਾਣੀ ਦੇ ਵਿੱਚ ਘੁਲ ਜਾਂਦੇ ਨੇ ਉਹਨਾਂ ਨੂੰ ਐਲਕਲੀ ਕਿਹਾ ਜਾਂਦਾ ਹੈ ਇਸ ਤਰ੍ਹਾਂ অপਸ਼ਨ ਸੀ கரੈਕਟ ਹੈ ਦੋਸਤੋ ਆਪਣਾ ਨੈਕਸਟ ਕੁਐਸਚਨ ਹੈ ਜੀ ਹੇਠ ਲਿਖਿਆਂ ਦੇ ਵਿੱਚੋਂ ਤਜ਼ਾਬ ਅਤੇ ਖਾਰ ਦੀ ਮੌਜੂਦਗੀ ਦੇਖਣ ਦੇ ਲਈ ਕੁਦਰਤੀ ਸੂਚਕ ਕਿਹੜਾ ਹੈ ਕਿਹੜਾ ਇੰਡੀਕੇਟਰ ਹੈ ਜੋ ਨੇਚਰਲ ਇੰਡੀਕੇਟਰ ਅਸੀਂ ਯੂਜ਼ ਕਰਦੇ ਹਾਂ ਜੀ ਖਾਰ ਦੀ ਮੌਜੂਦਗੀ ਨੂੰ ਦੇਖਣ ਦੇ ਲਈ ਇਸ ਦਾ ਰਾਈਟ ਆਨਸਰ ਹੈ ਦੋਸਤੋ ਆਪਸ਼ਨ ਡੀ ਉਪਰੋਕਰ ਸਾਰੇ ਹੀ ਜਿਹੜੇ ਇਹ ਨੈਚੁਰਲ ਇੰਡੀਕੇਟਰ ਨੇ ਜੀ ਜਿਹੜੇ ਸਾਨੂੰ ਖਾਰੇ ਦੀ ਮੌਜੂਦਗੀ ਦੱਸਦੇ ਨੇ ਜਿਵੇਂ ਕਿ ਹਲਦੀ ਹੈ ਇਸ ਦੇ ਇਲਾਵਾ ਲਾਲ ਪੱਤਾ ਗੋਭੀ ਅਤੇ ਪੱਥਰ ਝਟ ਦੇ ਪੱਤੇ ਬਰਾਇੋਫਾਈਲਮ ਲੀव्स ਇਹ ਸਾਰੇ ਹੀ ਨੈਚੁਰਲ ਇੰਡੀਕੇਟਰ ਨੇ ਜੀ ਇਸ ਤਰ੍ਹਾਂ ਆਪਸ਼ਨ ਡੀ ਕਰੈਕਟ ਹੈ ਦੋਸਤੋ ਦੋਸਤੋ ਜੇਕਰ ਵੀਡੀਓ ਵਧੀਆ ਲੱਗ ਰਹੀ ਹੋਵੇ ਪਲੀਜ਼ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੀ ਇੱਥੇ ਇੱਕ ਨੋਟ ਕਰਨਯੋਗ ਪੁਆਇੰਟ ਹੈ ਜੀ ਜੇਕਰ ਅਸੀਂ ਕਿਸੇ ਪਦਾਰਥ ਦੇ ਵਿੱਚ ਖਾਰ ਦੀ ਮੌਜੂਦਗੀ ਦੇਖਦੇ ਹਾਂ ਤਾਂ ਜੇਕਰ ਹਲਦੀ ਦੇ ਨਾਲ ਦੇਖਦੇ ਹਾਂ ਜੀ ਤਾਂ ਹਲਦੀ ਦਾ ਰੰਗ ਹੈ ਜੋ ਖਾਰ ਦੀ ਮੌਜੂਦਗੀ ਉਸ ਨੂੰ ਲਾਲ ਕਰ ਦਿੰਦੀ ਹੈ ਪੱਥਰ ਚਟ ਦੇ ਪੱਤੇ ਤੋਂ ਪ੍ਰਾਪਤ ਰਸ ਦਾ ਰੰਗ ਹੈ ਜੋ ਪੀਲਾ ਹੋ ਜਾਂਦਾ ਹੈ ਅਤੇ ਲਾਲ ਪੱਤਾ ਗੋਭੀ ਦਾ ਜਿਹੜਾ ਕੋਲ ਹੈ ਜੀ ਉਸ ਦੇ ਪੱਤਿਆਂ ਤੋਂ ਜਿਹੜਾ ਰਸ ਹੈ ਜੋ ਕੱਢ ਕੇ ਜੇਕਰ ਅਸੀਂ ਖਾਰ ਦੀ ਮੌਜੂਦਗੀ ਚੈੱਕ ਕਰਦੇ ਹਾਂ ਤਾਂ ਉਸ ਸੋਲੂਸ਼ਨ ਦਾ ਕਲਰ ਹੈ ਜੋ ਉਹ ਗ੍ਰੀਨ ਹੋ ਜਾਵੇਗਾ ਜੀ ਹਰਾ ਹੋ ਜਾਵੇਗਾ ਇਸ ਤਰ੍ਹਾਂ ਨੋਟ ਕਰਨਯੋਗ ਪੁਆਇੰਟ ਹੈ ਦੋਸਤੋ ਆਪਣਾ ਨੈਕਸਟ ਕੁਐਸਚਨ ਹੈ ਜੀ ਜਿਆਦਾ ਭੋਜਨ ਖਾਣ ਉਪਰੰਤ ਹੋਈ ਬਦਾਜਮੀ ਦੀ ਸਥਿਤੀ ਕਿਸ ਨਾਲ ਠੀਕ ਕੀਤੀ ਜਾ ਸਕਦੀ ਹੈ ਜਿਆਦਾ ਭੋਜਨ ਖਾਣ ਤੋਂ ਬਾਅਦ ਜਿਹੜੀ ਸਾਨੂੰ ਇੰਡਾਈਜੈਸ਼ਨ ਦੀ ਜਿਹੜੀ ਪ੍ਰੋਬਲਮ ਹੁੰਦੀ ਹੈ ਜੀ ਬਦਹਜਮੀ ਦੀ ਸਥਿਤੀ ਹੁੰਦੀ ਹੈ ਉਸ ਨੂੰ ਕਿਸ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ ਇਸ ਦਾ ਰਾਈਟ ਆਨਸਰ ਹੈ ਦੋਸਤੋ ਆਪਸ਼ਨ ਡੀ ਮਿੱਠਾ ਸੋਡਾ ਹੈ ਜੋ ਉਸ ਦੇ ਨਾਲ ਉਸ ਨੂੰ ਠੀਕ ਕੀਤਾ ਜਾ ਸਕਦਾ ਹੈ ਦੋਸਤੋ ਜਿਹੜੀ ਇਹ ਬਦਹਜਮੀ ਦੀ ਸਥਿਤੀ ਹੁੰਦੀ ਹੈ ਜੀ ਇਹ ਸਾਡੇ ਪੇਟ ਦੇ ਵਿੱਚ ਜਿਹੜਾ ਹਾਈਡਰੋਕਲੋਰਿਕ ਐਸਿਡ ਹੁੰਦਾ ਹੈ ਜੀ ਉਹ ਜਿਹੜੀ ਸਥਿਤੀ ਹੁੰਦੀ ਹੈ ਜੀ ਉਹ ਜ਼ਿਆਦਾ ਐਸਿਡ ਪੈਦਾ ਹੋਣ ਦੇ ਕਰਕੇ ਹੁੰਦੀ ਹੈ ਇਸ ਤਰ੍ਹਾਂ ਜਿਹੜਾ ਮਿੱਠਾ ਸੋਡਾ ਹੁੰਦਾ ਹੈ ਜੀ ਉਸ ਦੇ ਵਿੱਚ ਖਾਰ ਹੁੰਦਾ ਹੈ ਬੇਸ ਹੁੰਦਾ ਹੈ ਇਸ ਤਰ੍ਹਾਂ ਖਾਰ ਅਤੇ ਬੇਸ ਜਦੋਂ ਮਿਲਦੇ ਹਨ ਜੀ ਆਪਸ ਦੇ ਵਿੱਚ ਤਾਂ ਉਹ ਨਿਊਟਰਲਾਈਜ਼ ਕਰ ਦਿੰਦੇ ਹਨ ਜੀ ਇਸ ਤਰ੍ਹਾਂ ਉਹ ਐਸਿਡਿਕ ਦੀ ਜਿਹੜੀ ਸਥਿਤੀ ਹੈ ਉਹ ਨਿਊਟਰਲਾਈਜ਼ ਹੋ ਜਾਵੇਗੀ ਮਿੱਠੇ ਸੋਡੇ ਦੇ ਨਾਲ ਇਸ ਕੁਸ਼ਨ ਦੇ ਅਕੋਰਡਿੰਗ ਆਪਣੀ ਆਪਸ਼ਨ ਡੀ ਹੈ ਜੋ ਬਿਲਕੁਲ ਕਰੈਕਟ ਹੈ ਦੋਸਤੋ ਆਪਣਾ ਨੈਕਸਟ ਕੁਐਸਚਨ ਹੈ ਜੀ ਕਿਹੜਾ ਸੂਚਕ ਖਾਰੀ ਘੋਲ ਵਿੱਚ ਗੁਲਾਬੀ ਰੰਗ ਕਰ ਦਿੰਦਾ ਹੈ ਕਿਹੜਾ ਇੰਡੀਕੇਟਰ ਹੈ ਅਜਿਹਾ ਇੰਡੀਕੇਟਰ ਹੈ ਜੋ ਬੇਸਿਕ ਸੋਲੂਸ਼ਨ ਦੇ ਵਿੱਚ ਪਿੰਕ ਕਲਰ ਦਿੰਦਾ ਹੈ ਜੀ ਜਦੋਂ ਅਸੀਂ ਉਸ ਦੇ ਨਾਲ ਚੈੱਕ ਕਰਦੇ ਹਾਂ ਖਾਰ ਦੀ ਮੌਜੂਦਗੀ ਨੂੰ ਤਾਂ ਉਹ ਸੋਲੂਸ਼ਨ ਨੂੰ ਗੁਲਾਬੀ ਕਰ ਦਿੰਦਾ ਹੈ ਉਹ ਹੈ ਜੀ অপਸ਼ਨ A ਫਿਨੈਲੋਫਥੈਲਨ ਪਦਾਰਥ ਹੈ ਜਿਹੜਾ ਇਹ ਸੂਚਕ ਹੈ ਜਿਹੜਾ ਖਾਰੀ ਘੋਲ ਵਿੱਚ ਗੁਲਾਬੀ ਰੰਗ ਕਰ ਦਿੰਦਾ ਹੈ ਜੀ ਇਸ ਤਰ੍ਹਾਂ ਆਪਸ਼ਨ A ਬਿਲਕੁਲ கரੈਕਟ ਹੈ ਦੋਸਤੋ ਆਪਣਾ ਨੈਕਸਟ ਕੁਐਸਚਨ ਹੈ ਜੀ ਜਦੋਂ ਹਾਈਡਰੋਜਨ ਆਇਨ ਯਾਨੀ ਕਿ H+ ਆਇਨ ਦੀ ਸੰਗਣਤਾ ਵੱਧ ਜਾਂਦੀ ਹੈ ਕਨਸੈਂਟ੍ਰੇਸ਼ਨ ਵੱਧ ਜਾਂਦੀ ਹੈ ਤਾਂ ਘੋਲ ਦੀ pH ਕੀਮਤ ਤੇ ਕੀ ਪ੍ਰਭਾਵ ਪਵੇਗਾ ਸੋਲੂਸ਼ਨ ਦੀ ਜਿਹੜੀ pH ਵੈਲਿਊ ਹੈ ਉਸ ਤੇ ਕੀ ਅਸਰ ਪਵੇਗਾ ਜੀ ਇਸ ਦਾ ਰਾਈਟ ਆਨਸਰ ਹੈ ਦੋਸਤੋ ਆਪਸ਼ਨ A ਇਹੀ ਘਟ ਜਾਂਦੀ ਹੈ ਜੀ ਜਦੋਂ ਹਾਈਡਰੋਜਨ ਆਇਨ ਦੀ ਸੰਗਣਤਾ ਵਧਾ ਦਿੱਤੀ ਜਾਂਦੀ ਹੈ ਤਾਂ ਜਿਹੜੀ ਪੀ ਐਚ ਵੈਲਿਊ ਹੈ ਉਹ ਘਟ ਜਾਵੇਗੀ ਯਾਨੀ ਕਿ ਜਿਹੜਾ ਸੋਲਿਊਸ਼ਨ ਹੈ ਉਹ ਜ਼ਿਆਦਾ ਐਸਿਡਿਕ ਹੋਵੇਗਾ ਦੋਸਤੋ ਇੱਥੇ ਇੱਕ ਨੋਟ ਕਰਨਯੋਗ ਪੁਆਇੰਟ ਹੈ ਜਿਹੜਾ ਪਦਾਰਥ ਜ਼ਿਆਦਾ ਐਸਿਡਿਕ ਹੁੰਦਾ ਹੈ ਉਸ ਦੇ ਵਿੱਚ ਐਚ ਪਲੱਸ ਆਇਨਸ ਨੇ ਜਿਹੜੇ ਉਹ ਜ਼ਿਆਦਾ ਹੁੰਦੇ ਨੇ ਉਹਨਾਂ ਦੀ ਸੰਗਣਤਾ ਜ਼ਿਆਦਾ ਹੁੰਦੀ ਆ ਇਸ ਤੋਂ ਉਲਟ ਜੇਕਰ ਐਚ ਪਲੱਸ ਆਇਨ ਦੀ ਸੰਗਣਤਾ ਘਟਦੀ ਜਾਵੇਗੀ ਤਾਂ ਉਹ ਪਦਾਰਥ ਹੈ ਜੋ ਉਸ ਦੇ ਵਿੱਚ ਜਿਹੜੀ ਖਾਰ ਹੈ ਬੇਸਿਕ ਹੈ ਜਿਹੜਾ ਉਹ ਵਾਧਾ ਜਾਵੇਗਾ ਇਸ ਤਰ੍ਹਾਂ ਇਸ ਕੁਐਸਚਨ ਦੇ ਅਕੋਰਡਿੰਗ ਹੈ ਜੋ ਆਪਣੀ ਆਪਸ਼ਨ ਏ ਹੈ ਜਿਹੜੀ ਬਿਲਕੁਲ ਕਰੈਕਟ ਹੈ ਜੀ ਇੱਥੇ ਇੱਕ ਨੋਟ ਕਰਨਯੋਗ ਪੁਆਇੰਟ ਹੈ ਜੀ ਜੇਕਰ ਘੋਲ ਵਿੱਚ ਐਚ ਪਲੱਸ ਆਇਨ ਦੀ ਸੰਘਣਤਾ ਜ਼ਿਆਦਾ ਹੋਵੇਗੀ ਤਾਂ ਇਹ ਸੋਲੂਸ਼ਨ ਜ਼ਿਆਦਾ ਤਿਜ਼ਾਬੀ ਹੋਵੇਗਾ ਅਤੇ ਤਿਜ਼ਾਬੀ ਹੋਣ ਦੇ ਕਰਕੇ ਇਸ ਦੀ ਜਿਹੜੀ ਪੀ ਐਚ ਵੈਲਿਊ ਹੈ ਉਹ 7 ਤੋਂ ਘਟਦੀ ਜਾਵੇਗੀ ਜੀ ਆਪਣਾ ਨੈਕਸਟ ਕੁਐਸਚਨ ਹੈ ਜੀ ਕਿਹੜਾ ਯੋਗਿਕ ਕਿਹੜਾ ਕੰਪਾਊਂਡ ਹੈ ਜੋ ਕੱਚ ਸਾਬਣ ਅਤੇ ਪੇਪਰ ਦੀ ਫੈਕਟਰੀ ਦੇ ਵਿੱਚ ਵਰਤਿਆ ਜਾਂਦਾ ਹੈ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਸੀ ਕੱਪੜੇ ਧੋਣ ਵਾਲਾ ਸੋਡਾ ਯਾਨੀ ਕਿ ਵਾਸ਼ਿੰਗ ਸੋਡਾ ਜਿਸ ਨੂੰ ਸੋਡੀਅਮ ਕਾਰਬੋਨੇਟ ਵੀ ਕਿਹਾ ਜਾਂਦਾ ਹੈ ਜੀ ਇਹ ਕੱਚ ਸਾਬਣ ਅਤੇ ਪੇਪਰ ਦੀ ਫੈਕਟਰੀ ਦੇ ਵਿੱਚ ਇਸ ਦਾ ਯੂਜ਼ ਹੈ ਜੋ ਕੀਤਾ ਜਾਂਦਾ ਹੈ ਇਸ ਤਰ੍ਹਾਂ অপਸ਼ਨ ਸੀ ਕਰੈਕਟ ਹੈ ਦੋਸਤੋ ਆਪਣਾ ਨੈਕਸਟ ਕੁਐਸਚਨ ਹੈ ਜੀ ਹੇਟ ਲੀਕਨ ਦੇ ਵਿੱਚੋਂ ਕਿਹੜਾ ਖਾਰ ਨਹੀਂ ਹੈ ਇਹਨਾਂ ਦੇ ਵਿੱਚੋਂ ਆਪਾਂ ਨੇ ਦੱਸਣਾ ਹੈ ਜੀ ਕਿਹੜਾ ਜਿਹੜਾ ਕੰਪਾਊਂਡ ਹੈ ਉਹ ਬੇਸਿਕ ਨਹੀਂ ਹੈ ਇਸ ਦਾ ਰਾਈਟ ਆਨਸਰ ਹੈ ਦੋਸਤੋ ਆਪਸ਼ਨ A ਸੋਡੀਅਮ ਕਲੋਰਾਇਡ ਜਿਸ ਨੂੰ ਅਸੀਂ ਕਾਮਨ ਸਾਲਟ ਵੀ ਕਹਿੰਦੇ ਹਾਂ ਜੀ ਆਮ ਜਿਹੜਾ ਅਸੀਂ ਨਮਕ ਖਾਂਦੇ ਹਾਂ ਜੀ ਉਹ ਸੋਡੀਅਮ ਕਲੋਰਾਇਡ ਹੈ ਜਿਹੜਾ ਇਹ ਖਾਰ ਨਹੀਂ ਹੈ ਜੀ ਇਸ ਦੇ ਵਿੱਚ ਬੇਸ ਹੈ ਜੋ ਮੌਜੂਦ ਨਹੀਂ ਹੁੰਦਾ ਇਸ ਤਰ੍ਹਾਂ ਆਪਸ਼ਨ A ਬਿਲਕੁਲ ਕਰੈਕਟ ਹੈ ਦੋਸਤੋ ਬਾਕੀ ਪਦਾਰਥਾਂ ਦੇ ਵਿੱਚ ਹੈ ਜੋ ਬੇਸ ਮੌਜੂਦ ਹੁੰਦਾ ਹੈ ਜੀ ਖਾਰ ਮੌਜੂਦ ਹੁੰਦਾ ਹੈ ਆਪਣਾ ਨੈਕਸਟ ਕੁਐਸਚਨ ਹੈ ਜੀ ਲੂਣਾ ਦਾ ਉਹ ਗੁਣ ਜਿਸ ਕਾਰਨ ਉਹ ਵਾਯੂ ਮੰਡਲ ਵਿੱਚੋਂ ਨਮੀ ਨੂੰ ਸੋਖ ਲੈਂਦੇ ਹਨ ਕੀ ਕਹਾਉਂਦਾ ਹੈ ਜਦੋਂ ਅਸੀਂ ਨਮਕ ਨੂੰ ਬਾਹਰ ਖੁੱਲੀ ਹਵਾ ਦੇ ਵਿੱਚ ਰੱਖਦੇ ਹਾਂ ਜੀ ਤਾਂ ਇਹ ਨਮੀ ਨੂੰ ਸੋਖ ਲੈਂਦੇ ਨੇ ਜੀ ਇਸ ਤਰ੍ਹਾਂ ਦੀ ਇਹਨਾਂ ਦੀ ਪ੍ਰੋਪਰਟੀ ਹੈ ਜੋ ਉਸ ਨੂੰ ਕੀ ਕਿਹਾ ਜਾਂਦਾ ਹੈ ਇਸ ਦਾ ਸਹੀ ਉੱਤਰ ਹੈ ਦੋਸਤੋ ਆਪਸ਼ਨ ਡੀ ਉਸ ਨੂੰ ਉਤਫੋਲਨ ਕਿਹਾ ਜਾਂਦਾ ਹੈ ਜੀ ਪੰਜਾਬੀ ਦੇ ਵਿੱਚ ਡੈਲੀ ਕੋਇਨਸੀਸ ਕਿਹਾ ਜਾਂਦਾ ਹੈ ਜੀ ਇੰਗਲਿਸ਼ ਦੇ ਵਿੱਚ ਇਸ ਤਰ੍ਹਾਂ ਆਪਸ਼ਨ ਡੀ கரੈਕਟ ਹੈ ਦੋਸਤੋ ਆਪਣਾ ਨੈਕਸਟ ਕੁਐਸਚਨ ਹੈ ਜੀ ਹੇਟ ਲੀਗੈਂਡ ਦੇ ਵਿੱਚੋਂ ਖਾਰਾ ਆਕਸਾਈਡ ਕਿਹੜਾ ਹੈ ਇਹਨਾਂ ਦੇ ਵਿੱਚੋਂ ਬੇਸਿਕ ਆਕਸਾਈਡ ਹੈ ਜੋ ਦੱਸਣਾ ਹੈ ਜੀ ਆਪਾਂ ਨੇ ਕਿਹੜਾ ਹੈ ਜੀ ਇਸ ਦਾ ਰਾਈਟ ਆਨਸਰ ਹੈ ਦੋਸਤੋ ਆਪਸ਼ਨ ਡੀ ਉਪਰੋਕਰ ਸਾਰੇ ਹੀ ਜਿਹੜੇ ਖਾਰੇ ਆਕਸਾਈਡ ਨੇ ਜੀ ਬੇਸਿਕ ਆਕਸਾਈਡ ਨੇ ਜਿਸ ਤਰ੍ਹਾਂ ਕੇ ਸੋਡੀਅਮ ਆਕਸਾਈਡ ম্যাগਨੀਸ਼ੀਅਮ ਆਕਸਾਈਡ ਅਤੇ ਕਾਪਰ ਆਕਸਾਈਡ ਇਸ ਤਰ੍ਹਾਂ ਆਪਣੀ ਆਪਸ਼ਨ ਡੀ ਕਰੈਕਟ ਹੈ ਦੋਸਤੋ ਆਪਣਾ ਨੈਕਸਟ ਕੁਐਸਚਨ ਹੈ ਜੀ ਲੈਵਿਸ ਵਿਚਾਰਧਾਰਾ ਅਨੁਸਾਰ ਖਾਰ ਕੀ ਹੈ ਆਪਾਂ ਨੇ ਦੱਸਣਾ ਹੈ ਜੀ ਲੈਵਿਸ ਥਿਊਰੀ ਦੇ ਅਕੋਰਡਿੰਗ ਬੇਸ ਹੈ ਜੋ ਉਹ ਕੀ ਹੈ ਇਸ ਦਾ ਰਾਈਟ ਆਨਸਰ ਹੈ ਦੋਸਤੋ ਆਪਸ਼ਨ ਬੀ ਲੇਵਿਸ ਵਿਚਾਰਧਾਰਾ ਦੇ ਅਨੁਸਾਰ ਲੇਵਿਸ ਥਿਊਰੀ ਦੇ ਅਨੁਸਾਰ بیس ਹੈ ਜੋ ਇਹ ਇਲੈਕਟ੍ਰੋਨਸ ਦਿੰਦਾ ਹੈ ਜੀ ਇਲੈਕਟ੍ਰੋਨ ਡੋਨਰ ਹੈ ਇਸ ਤਰ੍ਹਾਂ ਆਪਸ਼ਨ ਬੀ கரੈਕਟ ਹੈ ਦੋਸਤੋ ਆਪਣਾ ਨੈਕਸਟ ਕੁਐਸਚਨ ਹੈ ਜੀ ਹੇਟ ਲਿਕਨ ਦੇ ਵਿੱਚੋਂ ਸ਼ਕਤੀਸ਼ਾਲੀ ਖਾਰ ਕਿਹੜਾ ਹੈ ਇਹਨਾਂ ਦੇ ਵਿੱਚੋਂ ਸਭ ਤੋਂ ਸਟਰੋਂਗੇਸਟ بیس ਹੈ ਜੋ ਉਹ ਕਿਹੜਾ ਹੈ ਜੀ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਏ ਸੋਡੀਅਮ ਹਾਈਡਰੋਕਸਾਈਡ ਹੈ ਜਿਹੜਾ ਇਹ ਸਭ ਤੋਂ ਸਟਰੋਂਗੇਸਟ بیس ਹੈ ਜੀ ਦੋਸਤੋ ਜਿਸ ਤਰ੍ਹਾਂ ਐਸਿਡ ਹੁੰਦੇ ਹਨ ਉਹ ਸਾਡੇ ਲਈ ਖਤਰਨਾਕ ਹੁੰਦੇ ਨੇ ਡੇਂਜਰਸ ਹੁੰਦੇ ਨੇ ਆਪਾਂ ਨੂੰ ਉਹਨਾਂ ਨੂੰ ਕੇਅਰਫੁਲੀ ਹੈਂਡਲ ਕਰਨਾ ਚਾਹੀਦਾ ਹੈ ਉਹ ਸਕਿਨ ਨੂੰ ਬਰਨ ਕਰ ਸਕਦੇ ਨੇ ਇਸੇ ਤਰ੍ਹਾਂ ਜਿਹੜਾ ਹੈ ਸੋਡੀਅਮ ਹਾਈਡਰੋਕਸਾਈਡ ਹੈ ਜੀ ਇਹ ਵੀ ਬਹੁਤ ਸਟਰੋਂਗੇਸਟ ਬੇਸ ਹੁੰਦਾ ਹੈ ਜਿਹੜਾ ਕਿ ਆਪਣੀ ਸਕਿਨ ਨੂੰ ਬਰਨ ਕਰ ਸਕਦਾ ਹੈ ਇਸ ਤਰ੍ਹਾਂ ਇਸ ਨੂੰ ਵੀ ਕੇਅਰਫੁਲੀ ਹੈਂਡਲ ਕਰਨਾ ਪੈਂਦਾ ਹੈ ਜੀ ਇਸ ਕੁਐਸਚਨ ਦੇ ਅਕੋਰਡਿੰਗ ਆਪਣੀ ਆਪਸ਼ਨ ਏ ਬਿਲਕੁਲ ਕਰੈਕਟ ਹੈ ਦੋਸਤੋ ਆਪਣਾ ਨੈਕਸਟ ਕੁਐਸਚਨ ਹੈ ਜੀ ਹੇਟ ਲੀਗੈਂਡ ਦੇ ਵਿੱਚੋਂ ਕਮਜ਼ੋਰ ਖਾਰ ਕਿਹੜਾ ਹੈ ਜੀ ਵੀਕ ਬੇਸ ਹੈ ਜੋ ਕਿਹੜਾ ਹੈ ਇਸ ਦਾ ਰਾਈਟ ਆਨਸਰ ਹੈ ਦੋਸਤੋ ਆਪਸ਼ਨ ਡੀ ਉਪਰੋਕਤ ਸਾਰੇ ਹੀ ਜਿਹੜੇ ਬੇਸ ਨੇ ਜੀ ਇਹ ਕਮਜ਼ੋਰ ਨੇ ਵੀਕ ਨੇ ਜਿਸ ਤਰ੍ਹਾਂ ਮੈਗਨੀਸ਼ੀਅਮ ਹਾਈਡਰੋਕਸਾਈਡ ਕਾਪਰ ਹਾਈਡਰੋਕਸਾਈਡ ਅਤੇ ਅਮੋਨੀਅਮ ਹਾਈਡਰੋਕਸਾਈਡ ਇਸ ਤਰ੍ਹਾਂ ਆਪਸ਼ਨ ਡੀ ਕਰੈਕਟ ਹੈ ਜੀ ਆਪਣਾ ਲਾਸਟ ਕੁਐਸਚਨ ਹੈ ਜੀ ਹੇਟ ਲੀਗੈਂਡ ਦੇ ਵਿੱਚੋਂ ਲੂਣਾ ਬਾਰੇ ਕਿਹੜਾ ਕਥਨ ਸਹੀ ਹੈ ਇਹਨਾਂ ਦੇ ਵਿੱਚੋਂ ਸੌਲਟ ਦੇ ਬਾਰੇ ਕਿਹੜੀ ਸਟੇਟਮੈਂਟ ਹੈ ਜੋ ਕਰੈਕਟ ਹੈ ਜੀ ਇੰਪੋਰਟੈਂਟ ਕੁਐਸਚਨ ਹੈ ਦੋਸਤੋ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਡੀ ਉਪਰੋਕਰ ਸਾਰੇ ਹੀ ਜਿਹੜੇ ਸਟੇਟਮੈਂਟਸ ਨੇ ਉਹ ਬਿਲਕੁਲ ਕਰੈਕਟ ਨੇ ਜੀ ਸੌਲਟ ਦੇ ਬਾਰੇ ਲੂਣਾ ਦੇ ਮੈਲਟਿੰਗ ਪੁਆਇੰਟ ਨੇ ਜਿਹੜੇ ਅਤੇ ਬੋਇਲਿੰਗ ਪੁਆਇੰਟ ਨੇ ਉਹ ਹਾਈ ਹੁੰਦੇ ਨੇ ਜੀ ਇਸ ਤੋਂ ਇਲਾਵਾ ਪਾਣੀ ਵਿੱਚ ਘੁਲੇ ਜਿਹੜੇ ਲੂਣ ਨੇ ਉਹ ਬਿਜਲੀ ਦੇ ਇਲੈਕਟ੍ਰਿਸਿਟੀ ਦੇ ਚੰਗੇ ਚਾਲਕ ਹੁੰਦੇ ਨੇ ਯਾਨੀ ਕਿ ਗੁੱਡ ਕੰਡਕਟਰ ਹੁੰਦੇ ਨੇ ਜੀ ਇਲੈਕਟ੍ਰਿਸਿਟੀ ਦੇ ਲੂਨ ਤੇਜ਼ਾਬੀ ਵੀ ਹੋ ਸਕਦੇ ਨੇ ਖਾਰੇ ਵੀ ਹੋ ਸਕਦੇ ਨੇ ਜਾਂ ਫਿਰ ਨਿਊਟਰਲ ਯਾਨੀ ਕਿ ਉਦਾਸਨ ਵੀ ਹੋ ਸਕਦੇ ਨੇ ਜੀ ਇਸ ਕੁਐਸਚਨ ਦੇ ਅਕੋਰਡਿੰਗ ਆਪਣੀ ਆਪਸ਼ਨ ਡੀ ਹੈ ਜੋ ਬਿਲਕੁਲ ਕਰੈਕਟ ਹੈ ਦੋਸਤੋ ਦੋਸਤੋ ਇਸ ਦੇ ਨਾਲ ਹੀ ਇਹ ਵੀਡੀਓ ਸਮਾਪਤ ਹੁੰਦੀ ਹੈ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਜੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਥੈਂਕ ਯੂ